ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ। ਕਲਯੁੱਗ ਦਾ ਅਸਲ ਸੱਚ ਕੀ ਹੈ? ਕਲਯੁੱਗ ਦਾ ਅਸਲ ਰਾਜਾ ਕੌਣ ਹੈ? ਕਲਯੁੱਗ ਕਿਸ ਦੇ ਅੱਗੇ ਨੱਚਦਾ ਹੈ? ਸ਼ਿਵਜੀ ਮਹਾਰਾਜ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਉਂ ਸੁਣੋ, ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ। ਪਹਿਲਾਂ ਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ, ਬਹੁਤ ਸਾਰੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਕਲਯੁੱਗ ਦੇ ਬਾਰੇ ਆਪਾਂ ਸੁਣੀਆਂ ਹੋਣਗੀਆਂ, ਅਤੇ ਕਈ ਇਤਿਹਾਸ ਦੇ ਵਿੱਚੋਂ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਸੁਣੀਆਂ ਸੁਣਾਈਆਂ ਜਾਂਦੀਆਂ ਨੇ, ਔਰ ਕਈ ਚੀਜ਼ਾਂ ਵੈਸੇ ਹੀ ਜਿਹੜੀਆਂ ਨੇ ਉਹ ਸਾਡੇ 'ਤੇ ਲਾਗੂ ਹੋ ਜਾਂਦੀਆਂ ਨੇ, ਸਾਨੂੰ ਦੱਸੀਆਂ ਸੁਣਾਈਆਂ ਅਤੇ ਇੱਦਾਂ ਸਿਸਟਮ ਜਿਹੜਾ ਉਹ ਲਾਗੂ ਹੁੰਦਾ, ਸਾਨੂੰ ਕਿਹਾ ਸੁਣਿਆ ਜਾਂਦਾ। ਔਰ ਇੱਥੇ ਇੱਕ ਬੇਨਤੀ ਜਿਹੜੀ ਹੈ ਮੈਂ ਆਪ ਜੀ ਦੇ ਨਾਲ ਇਹ ਸਾਂਝੀ ਕਰ ਦੇਵਾਂ, ਗੁਰਮੁਖ ਪਿਆਰਿਓ, ਕਿ ਕਲਯੁੱਗ ਦੇ ਬਾਰੇ ਅਸਲ 'ਚ ਜੇ ਜਾਣਨਾ ਹੋਵੇ ਤਾਂ ਪਿਆਰਿਓ ਫਿਰ ਕਦੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦਾ ਜੀਵਨ ਪੜ੍ਹ ਲਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਕਲਯੁੱਗ ਦੇ ਨਾਲ ਵਾਰਤਾਲਾਪ ਹੋਈ ਉਹ ਪੜ੍ਹ ਲਿਓ। ਗੁਰਦੁਆਰਾ ਨਾਨਕੀਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਸ਼ਹਿਰ ਦੇ ਵਿੱਚ ਹੀ, ਸਿਟੀ ਦੇ ਅੰਦਰ, ਸ਼ਹਿਰ ਦੇ ਅੰਦਰ ਉਹ ਗੁਰਦੁਆਰਾ ਮੌਜੂਦ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਔਰ ਕਲਯੁੱਗ ਦੀ ਵਾਰਤਾਲਾਪ ਹੋਈ ਸੀ। ਅਤੇ ਕਲਯੁੱਗ ਦਾ ਅਸਲ ਸੱਚ ਕੀ ਹੈ? ਸਭ ਤੋਂ ਪਹਿਲੀ ਗੱਲ ਜੋ ਆਪਾਂ ਅੱਜ ਵੇਖ ਰਹੇ ਹਾਂ ਸਤਸੰਗ ਤੋਂ, ਕਲਯੁੱਗ ਦਾ ਸੱਚ ਹੈ, ਅੱਜ ਕੱਲ੍ਹ ਪੈਸਾ ਮੁੱਖ ਹੈ ਅਤੇ ਰਿਸ਼ਤੇ ਸਾਰੇ ਜਿਹੜੇ ਨੇ ਪੈਸੇ ਕਰਕੇ ਨੇ, ਅਤੇ ਇਹ ਕਲਯੁੱਗ ਹੈ। ਅਤੇ ਅਸਲ ਦੇ ਵਿੱਚ ਜੇ ਤਾਂ ਅਸੀਂ ਮੰਜੇ 'ਤੇ ਪੈ ਗਏ, ਸੱਚਾਈ ਹੈ ਵੀ ਉਸ ਵਕਤ ਸਾਨੂੰ ਕੋਈ ਨਹੀਂ ਪੁੱਛਦਾ, ਅਤੇ ਜਦੋਂ ਅਸੀਂ ਤੰਦਰੁਸਤਾਂ ਚੰਗੇ ਭਲੇ ਸਾਡੇ ਕੋਲ ਪੈਸਾ ਹੈ ਉਦੋਂ ਸਾਨੂੰ ਹਰ ਕੋਈ ਪੁੱਛਦਾ ਹੈ। ਇਹ ਕਲਯੁੱਗ ਹੈ, ਲਾਲਚ, ਲਾਲਚ ਵੱਸ ਪੈ ਗਿਆ ਮਨੁੱਖ, ਲਾਲਚ ਨੇ ਇਹਨੂੰ ਬੰਨ ਲਿਆ ਅਤੇ ਲਾਲਚ ਨੇ ਇਹਨੂੰ ਐਸਾ ਬੰਨਿਆ ਅਤੇ ਇਹ ਕਲਯੁੱਗ ਦੇ ਆਪਣੇ ਆਪ ਜਿਹੜਾ ਹੈ ਸੰਪਰਕ ਦੇ ਵਿੱਚ ਆ ਗਿਆ। ਕਲਯੁੱਗ ਦਾ ਅਸਲ ਰਾਜਾ ਕੌਣ ਹੈ? ਹੁਣ ਕੋਈ ਰਾਜਾ ਇਹ ਨਹੀਂ ਵੀ ਕੋਈ ਗੱਦੀ ਲਾ ਕੇ ਬੈਠਾ, ਕੋਈ ਤਖ਼ਤ 'ਤੇ ਬੈਠਾ, ਅਸੀਂ ਉਹ ਕਹਾਂਗੇ ਵੀ ਕਲਯੁੱਗ ਦਾ ਰਾਜਾ ਇਹ ਹੈ। ਕਲਯੁੱਗ ਆਹੀ ਹੈ ਜੋ ਸਾਡੇ ਅੰਦਰ ਫਿਰ ਰਿਹਾ, ਸਾਨੂੰ ਗੁਰੂ ਵਾਲੇ ਪਾਸੇ ਜਾਣ ਤੋਂ ਰੋਕ ਰਿਹਾ ਹੈ ਅਤੇ ਸਾਨੂੰ ਕਹਿੰਦਾ ਵੀ ਮਾੜੇ ਕਰਮ ਕਰ, ਕੁਕਰਮ ਕਰ। ਇਹੀ ਹੈ ਜਿਹੜਾ ਰਾਜਾ ਅੰਦਰ ਬੈਠਾ, ਕੋਈ ਰਾਜਾ ਬਾਹਰੋਂ ਨਹੀਂ ਹੈਗਾ। ਜਿਵੇਂ ਕੋਈ ਕੁਰਸੀ 'ਤੇ ਬੈਠਾ, ਕੋਈ ਵਿਸ਼ੇਸ਼ ਥਾਂ 'ਤੇ ਬੈਠਾ, ਕਿਸੇ ਸ਼ਹਿਰ, ਕਿਸੇ ਸਿਟੀ ਦੇ ਵਿੱਚ ਬੈਠਾ, ਅਤੇ ਅਸੀਂ ਉੱਥੇ ਜਾ ਕੇ ਉਹਨੂੰ ਬੇਨਤੀ ਕਰਾਂਗੇ ਵੀ ਕਲਯੁੱਗ ਜੀ ਆਪਣਾ ਪ੍ਰਭਾਵ ਘੱਟ ਕਰੋ। ਨਾ ਨਾ ਪਿਆਰਿਓ, ਕਲਯੁੱਗ ਕੋਈ ਰਾਜਾ ਨਹੀਂ, ਕਲਯੁੱਗ ਆਪ ਇੱਕ ਰਾਜਾ ਹੈ ਜਿਹੜਾ ਸਾਡੇ ਅੰਦਰ ਬੈਠਾ ਹੋਇਆ, ਇੱਕ ਸਰੀਰ ਰੂਪ ਗੱਡੀ ਨੂੰ ਜਿਹੜਾ ਚਲਾ ਰਿਹਾ ਉਹੀ ਕਲਯੁੱਗ ਹੈ, ਜਿਹੜਾ ਅੰਦਰਲੇ ਫੁਰਨੇ ਨੇ ਉਹੀ ਕਲਯੁੱਗ ਹੈ। ਜੇ ਤਾਂ ਉਹ ਫੁਰਨੇ ਗੁਰੂ ਵਾਲੇ ਬਣ ਗਏ, ਉਹਦੀ ਸਿੱਖਿਆ 'ਤੇ ਚੱਲਣ ਵਾਲੇ ਬਣ ਗਏ, ਅਤੇ ਪਿਆਰਿਓ ਫਿਰ ਸਮਝ ਲਓ ਅਸੀਂ ਕਲਯੁੱਗ ਦੇ ਪ੍ਰਭਾਵ ਤੋਂ ਥੋੜ੍ਹਾ ਉੱਤੇ ਹਾਂ। ਗੁਰੂ ਨੇ ਕਿਰਪਾ ਕੀਤੀ ਹੋਈ ਹੈ ਸਾਡੇ 'ਤੇ, ਜੇ ਅਸੀਂ ਉਹਦੇ ਅਧੀਨ 'ਚ ਆ ਗਏ ਤਾਂ ਸਮਝ ਲਿਓ ਫਿਰ ਅਸੀਂ ਉਹਦੇ ਤੋਂ ਪੜੇ ਦੂਰ ਹੋ ਗਏ, ਅਤੇ ਉਹਨੇ ਸਾਨੂੰ ਆਪਣੇ ਪ੍ਰਕੋਪ ਦੇ ਵਿੱਚ ਲੈ ਲਿਆ, ਉਹਨੇ ਆਪਣੇ ਆਪ ਦੇ ਵਿੱਚ ਸਾਨੂੰ ਡੰਗ ਲਿਆ, ਉਹਨੇ ਆਪਣੇ ਆਪ ਦੇ ਵਿੱਚ ਲੈ ਲਿਆ, ਆਪਣੇ ਆਪ ਦੇ ਵਿੱਚ ਸਾਨੂੰ ਫੜ ਲਿਆ। ਸਾਰ ਸੰਗਤ, ਅਸਲੀ ਰਾਜਾ ਅੰਦਰ ਬੈਠਾ ਕਲਯੁੱਗ, ਅਤੇ ਬਾਹਰੇ ਜੋ ਵੇਖ ਰਿਹਾ ਇਹ ਤਾਂ ਸਾਰੀ ਉਹਦੀ ਪਰਜਾ ਫਿਰ ਰਹੀ ਹੈ। ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਧਾੜ ਰਿਹਾ, ਕੋਈ ਕਿਸੇ ਨਾਲ ਠੱਗੀਆਂ ਚੋਰੀਆਂ ਕਰ ਰਿਹਾ, ਕੋਈ ਕੁਝ ਕਰ ਰਿਹਾ, ਇਹ ਉਹਦੀ ਪਰਜਾ ਹੈ ਕਲਯੁੱਗ ਦੀ। ਇਹ ਸਭ ਕੁਝ ਜਿਹੜੇ ਗਲਤ ਕੰਮ ਨੇ, ਇਹ ਸਾਰਾ ਕੁਝ ਉਹਦੇ ਅਧੀਨ ਹੋ ਰਿਹਾ।
ਉਹ ਕਰਵਾ ਰਿਹਾ ਸਾਰਾ ਕੁਝ। ਹੁਣ ਅਗਲੀ ਗੱਲ, ਕਲਯੁਗ ਦੇ ਕਲਯੁਗ ਕਿਸ ਦੇ ਅੱਗੇ ਨੱਚਦਾ? ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ ਗਿਆ ਸੀ, ਕਹਿੰਦੇ ਸ਼ਿਵਜੀ ਭਗਵਾਨ, ਇੱਕ ਹਿੰਦੂ ਇਤਿਹਾਸ ਦੇ ਵਿੱਚੋਂ ਕਹਾਣੀ ਸੀ, ਉਹ ਕਹਿੰਦੇ ਵੀ ਸ਼ਿਵਜੀ ਭਗਵਾਨ ਨੇ ਕਲਯੁਗ ਨੂੰ ਮੂਹਰੇ ਲਾ ਲਿਆ ਅਤੇ ਕਹਿੰਦੇ ਕਲਯੁਗ ਜਿਹੜਾ ਹੈ ਉਹ ਸ਼ਿਵਜੀ ਭਗਵਾਨ ਦੇ ਅੱਗੇ ਨੱਚਦਾ, ਕਿਸੇ ਹੋਰ ਦੇ ਅੱਗੇ ਨਹੀਂ। ਅਤੇ ਸ਼ਿਵਜੀ ਭਗਵਾਨ ਨੇ ਕਹਿੰਦੇ ਉਹਨੂੰ ਭਲੋ ਲਿਆ ਅਤੇ ਕਲਯੁਗ ਨੱਚ ਰਿਹਾ। ਚਲੋ ਠੀਕ ਹੈ, ਇਹ ਉਹਨਾਂ ਦੀ ਆਪਣੀ ਵਾਰਤਾ ਹੈ ਇੱਕ, ਪਰ ਅਸਲ ਦੇ ਵਿੱਚ ਜੇ ਗੱਲ ਕਰੀਏ ਉਸ ਅਕਾਲ ਪੁਰਖ ਦੇ ਨਾਮ ਦੇ ਅੱਗੇ ਕਲਯੁਗ ਨੱਚਦਾ ਪਿਆਰਿਓ, ਉਹ ਕਲਯੁਗ ਜਿਹੜਾ ਹੈ ਉਹ ਸੱਚੇ ਪਰਮਾਤਮਾ ਦੇ ਨਾਮ ਦੀ ਛੋਹ ਤੋਂ ਡਰਦਾ ਹੈ। ਅਤੇ ਜਦੋਂ ਇੱਕ ਬੇਨਤੀ ਕਰਦਿਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕਹਿੰਦੇ ਜਦੋਂ ਵਿਚਾਰ ਚਰਚਾ ਸਾਂਝੀ ਹੋਈ ਅਤੇ ਕਲਯੁਗ ਦੇ ਨਾਲ ਜਦੋਂ ਵਿਚਾਰ ਚੱਲੀ, ਅਤੇ ਅਸਲ ਦੇ ਵਿੱਚ ਕਹਿੰਦੇ ਜਦੋਂ ਵਿਚਾਰ ਹੋਈ ਉਸ ਵਕਤ ਕਹਿੰਦੇ ਕਲਯੁਗ ਜਦੋਂ ਆਇਆ ਨਾ, ਕਹਾਣੀ ਵੀ ਬਣਾਈ ਹੋਈ ਹੈ ਇੱਕ, ਪਰ ਵੈਸੇ ਜਿਵੇਂ ਵਿਚਾਰ ਹੋਏ ਸੀ ਕਹਿੰਦੇ ਉਹਦੇ ਵਿੱਚ ਸੱਚਾਈ ਇਹ ਲਿਖੀ ਹੈ। ਕਲਯੁਗ ਨੇ ਕਹਿੰਦੇ ਕੁੱਪਰ ਜੁੱਬੜ ਜਿਹਾ ਲਿਆ ਹੋਇਆ, ਉਹਦੇ ਵਿੱਚ ਟਾਕੀਆਂ ਨੇ ਅਤੇ ਭਿਆਨਕ ਜਿਹਾ ਰੂਪ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਆਉਂਦਾ ਹੈ ਅਤੇ ਪਹਿਲਾ ਹੀ ਸਵਾਲ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਕਲਯੁਗ ਤੂੰ ਜਿਹੜਾ ਉੱਪਰ ਜੁੱਬੜ ਲਿਆ ਹੋਇਆ ਇਹਦੇ ਵਿੱਚ ਇੰਨੇ ਮੋਹਰੇ ਕਿਉਂ ਨੇ? ਕਹਿੰਦੇ ਭਾਵੇਂ ਸਤਿਗੁਰੂ ਜਾਣਦੇ ਸੀ ਪਰ ਉਹ ਤੋਂ ਸੁਣਨਾ ਚਾਹੁੰਦੇ ਸੀ। ਕਹਿੰਦੇ ਕਲਯੁਗ ਕਹਿੰਦਾ ਵੀ ਜਦੋਂ ਸਤਿਗੁਰੂ ਤੁਹਾਡਾ ਨਾਮ ਲੈਣ ਦਾ ਸਮਾਂ ਹੁੰਦਾ ਹੈ ਉਸ ਵਕਤ ਇਹ ਜੁੱਬੜ ਦੇ ਕੇ ਮੈਂ ਉਹਨਾਂ ਲੋਕਾਂ ਨੂੰ ਸਵਾ ਦਿੰਦਾ ਜਿਹੜੇ ਭੋਗ ਰਸੀਏ ਅਤੇ ਹੋਰ ਲੋਕ ਹੁੰਦੇ ਨੇ ਉਹ ਸੌਂ ਜਾਂਦੇ ਨੇ ਇਸ ਜੁੱਬੜ ਦੇ ਵਿੱਚ, ਅਤੇ ਜਿਹੜੇ ਆਹ ਤੁਸੀਂ ਮੋਹਰੇ ਵੇਖ ਰਹੇ ਹੋ ਇਹ ਜੁੱਬੜ ਦੇ ਵਿੱਚ ਮੋਹਰੇ ਉਹਨਾਂ ਨੇ ਕੀਤੇ ਨੇ ਜੋ ਤੁਹਾਡੇ ਸਿੱਖ ਨੇ, ਜਿਹੜੇ ਇਸ ਜੁੱਬੜ ਦਾ ਪ੍ਰਭਾਵ ਨਹੀਂ ਕਬੂਲਦੇ, ਭਾਵ ਜਿਹੜੇ ਮੇਰੇ ਡਰ ਦੇ ਅਧੀਨ ਨਹੀਂ ਆਉਂਦੇ ਅਤੇ ਜਿਹੜੇ ਮੇਰੇ ਪ੍ਰਭਾਵ ਤੋਂ ਕੋਹਾਂ ਦੂਰ ਨੇ। ਸਾਧ ਸੰਗਤ, ਗੁਰੂ ਦੇ ਨਾਮ ਦੇ ਅੱਗੇ ਕਲਯੁਗ ਕਹਿੰਦਾ ਵੀ ਗੁਰੂ ਦੇ ਨਾਮ ਦੇ ਅੱਗੇ ਜਿਹੜੀ ਹੈ ਮੇਰੀ ਕੋਈ ਪੇਸ਼ ਨਹੀਂ ਚੱਲਦੀ ਹੈ, ਮੇਰਾ ਜੇ ਵਸ ਚੱਲਦਾ ਤਾਂ ਕੇਵਲ ਅਤੇ ਕੇਵਲ ਉਹ ਗੁਰੂ ਦੇ ਅੱਗੇ ਚੱਲਦਾ, ਸਤਿਗੁਰੂ ਦੇ ਅੱਗੇ ਚੱਲਦਾ, ਅਤੇ ਮੈਂ ਜੇ ਨੱਚਦਾ ਹਾਂ ਅਤੇ ਉਹਦੇ ਨਾਮ ਦੇ ਅੱਗੇ ਨੱਚਦਾ, ਮੈਨੂੰ ਹੋਰ ਕੋਈ ਨਹੀਂ ਨਚਾ ਸਕਦਾ। ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਇਹ ਸਮਰੱਥਾ ਹੈ ਕਿ ਮੈਨੂੰ ਉਹੀ ਜਿਹੜਾ ਹੈ ਆਪਣੇ ਇਸ਼ਾਰਿਆਂ 'ਤੇ ਨਚਵਾ ਸਕਦਾ ਹੈ, ਕਿਉਂਕਿ ਜਿਹੜਾ ਕਲਯੁਗ ਹੈ ਨਾ ਉਹ ਗੁਰੂ ਦੇ ਨਾਮ ਤੋਂ ਦੂਰ ਭੱਜਦਾ ਹੈ। ਉਹ ਜਿਹਦੇ 'ਤੇ ਸਵਾਰ ਹੋ ਗਿਆ ਉਹਨੂੰ ਗੁਰੂ ਦੇ ਨਾਮ ਦੇ ਨੇੜੇ ਜਾਣ ਨਹੀਂ ਦਿੰਦਾ, ਅਤੇ ਜਿਹਦੇ 'ਤੇ ਉਹ ਸਵਾਰ ਹੋ ਗਿਆ ਉਹ ਤਾਂ ਫਿਰ ਗੁਰੂ ਦੇ ਨਾਮ ਤੋਂ ਵੀ ਦੂਰ ਭੱਜਦਾ। ਉਹ ਕਦੇ ਨਹੀਂ ਕਹਿੰਦਾ ਮੈਂ ਗੁਰੂ ਘਰ ਜਾਵਾਂ, ਮੈਂ ਬਾਣੀ ਪੜ੍ਹ ਲਾਂ, ਜਾਂ ਮੈਂ ਕੋਈ ਯਾਤਰਾ ਕਰ ਲਾਂ, ਜਾਂ ਮੈਂ ਇਹ ਕਰ ਲਾਂ, ਜਾਂ ਮੈਂ ਉਹ ਕਰ ਲਾਂ। ਉਹ ਕਦੇ ਨਹੀਂ ਕਹਿੰਦਾ, ਉਹ ਕਹੇਗਾ ਵੀ ਮੈਨੂੰ ਇੱਕ ਮਤਲਬ ਹੈ, ਉਹ ਮਤਲਬ ਜਿਹੜਾ ਇਹ ਵੇ ਕਿ ਮੈਂ ਗੁਰੂ ਦੇ ਨਾਮ ਤੋਂ ਦੂਰ ਹੋ ਜਾ, ਜਿੰਨੀ ਛੇਤੀ ਹੋ ਜਾ। ਤੁਸੀਂ ਵੇਖਦੇ ਹੋ ਨਾ ਜਿਹੜੇ ਕਹਿੰਦੇ ਮੈਂ ਗੁਰੂ ਘਰ ਜਾ ਕੇ ਕੀ ਕਰੂੰਗਾ, ਬਾਣੀ ਪੜ੍ਹ ਕੇ ਕੀ ਕਰੂੰਗਾ, ਮੈਂ ਤੇ ਇੰਜੀ ਸਾਰਾ ਕੁਝ ਸਵਾਰਨਾ, ਇਹ ਕਰਨਾ, ਤੇ ਮੈਨੂੰ ਗੁਰੂ ਨੇ ਕੀ। ਇਹ ਸਭ ਕੁਝ ਕਲਯੁਗ ਦੇ ਪ੍ਰਭਾਵ ਦੇ ਹੇਠ ਬੰਦਾ ਬੋਲਦਾ ਹੈ। ਕਾਮ ਕ੍ਰੋਧ ਲੋਭ ਮੋਹ ਇਹ ਸਾਰੇ ਹੰਕਾਰ ਦੇ ਹੀ ਇੱਕ ਪੱਖ ਨੇ ਪਿਆਰਿਓ। ਸਭ ਕੁਝ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦੇ ਅਧੀਨ ਜਿਹੜਾ ਹੈ ਉਹ ਹੁੰਦਾ ਹੈ। ਇਹ ਗੱਲ ਜਿਹੜੀ ਹੈ ਸਾਨੂੰ ਮੰਨਣੀ ਪਏਗੀ, ਇਹ ਗੱਲ ਜਿਹੜੀ ਹੈ ਸਾਨੂੰ ਵਿਚਾਰਨੀ ਪਏਗੀ। ਸੋ ਪਿਆਰਿਓ, ਗੁਰੂ ਦੇ ਨਾਮ ਦੇ ਅੱਗੇ ਕਲਯੁਗ ਨੱਚਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ।
ਉਹ ਕਹਿੰਦੇ ਨੇ ਵੀ ਕਲਯੁਗ ਦਾ ਅੰਤ ਉਦੋਂ ਹੋਣਾ ਹੈ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕਰਨੀ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕਰਨੀ ਹੈ ਪਿਆਰਿਓ। ਤਾਂ ਯਾਦ ਰੱਖਿਓ ਕਿ ਕਲਯੁਗ ਉਦੋਂ ਖਤਮ ਹੋਏਗਾ ਜਦੋਂ ਅਸੀਂ ਪ੍ਰਭਾਵ ਨਾਲ, ਗੁਰੂ ਦੇ ਪ੍ਰਭਾਵ ਨਾਲ ਚੱਲਾਂਗੇ, ਅਤੇ ਕਲਯੁਗ ਫਿਰ ਮਗਰੋਂ ਲੱਥੇਗਾ। ਗੁਰੂ ਨੂੰ ਵੀ ਅਵਤਾਰ ਧਾਰਨਾ ਪੈਣਾ ਇਸ ਕਲਯੁਗ ਨੂੰ ਖਤਮ ਕਰਨ ਪਿੱਛੇ, ਐਡਾ ਵੱਡਾ ਪਸਾਰਾ ਇਸ ਕਲਯੁਗ ਦਾ ਹੋ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।